ਹੁਣ ਭਾਈ ਸਹੀ ਨਹੀਂ ਲੱਗਣ ਦੀਆਂ ਇੱਟਾਂ ਇਹ ਚ ਤੇ ਇਹਦੀ ਸ਼ਾਈਨਿੰਗ ਵੇਖ ਕਿੰਨਾ ਫਰਕ ਹੈ ਇਹਦਾ ਓਏ ਸਹੀ ਕੀ ਮਿਰਚ ਘੱਟ ਆ ਇਹਦੇ ਵਿੱਚ ਨਹੀਂ ਮਿਰਚ ਘੱਟ ਨਹੀਂ ਲੇਕਿਨ ਇਹ ਲੱਗਦਾ ਤੂੰ ਦਿਲੋਂ ਲਾ ਰਿਹਾ ਵਾ ਕਿੱਦਾਂ ਤੇਰਾ ਦਿਲ ਜ਼ਖਮੀ ਹੈ ਇੱਦਾਂ ਇੱਟਾਂ ਜ਼ਖਮੀ ਲਾਈ ਜਾਂਦੇ ਆ हेलो भाई जी। हेलो जनाब। हाँ जी हाँ जी। ओ की बेड़ा गर्क करी जा रहे हैं ले हां दिसदा नहीं जी कहां पा रहे हैं नहीं देखदा वा ते एट चाहिए थी सी लड़ाई हो भी आ ओ नहीं नहीं लड़ाई नहीं भाई इटा चाहिए थी सी इटा अच्छा इदा कौन है इटा चाहिए थी मैं लड़ाई हो भी उठो तो सही ता उठो खैर इटा चाहिए आ सारी इटा खराब करी जान दिया वा हो जाती अद्धी बिच हो जाती है बाकी आ वेखो हो रहा काम कर रहे हैं पिछे आ सही आ इटा तू आ सही नहीं है कर रहा है आ सही तो नहीं की सही हो चा हो जाती गाला कि पतला आ जाता वा आधा घाटा हो जाता वा भाई आ इटा कितने सही आ सही तो नहीं है सही की मिर्च घट आ रही है और नहीं भाई सारी खराब है असल में जोरी ना बंदा ना शाबाश दवे आन के भी थापी दवे बंदे ने वाकई यार काम कर फिर हौसला बढ़ जाता दिल बढ़ता नहीं शाबाश तू केड़ा भी वर्ल्ड कप लिया के दिता चौधरी ने जा तू कि बाजी कारा बाजी मार के आवा जा कोई कैच फड़िया तेन शाबाश दवे हक बनता फिर बंद हौसला बढ़ जाता वा अच्छा बंदा अच्छा एक चाहिए उठता छावे लैके जाना छड़ दे काम सारी जिंदगी करते रहने तू और सही हां जी अच्छा इट चाहिए आ खैर छावे आया ना छावे आया शेड बनाना वा सामने हुन गर्मी भी पै रही है तो काम जो करना वा इट चाहिए आ 1.5 लाख इट चाहिए आ शेड बनाना वा शेड मुर्गियां दा अच्छा अच्छा 1.5 लाख इट चाहिए 1.5 लाख इट चाहिए आ तो कुछ 5000 इट चाहिए आ लड़ाई वास्ते ओ ना कब्जा कीता वा किसी ने ओ छुड़ाना वा ते 5000 लड़ाई वाली चाहिए आ ਉਹ ਵੱਖਰੀ ਚਾਹੀਦੀ ਹਾਂ ਵੱਖਰੀ ਚਾਹੀਦੀ ਹੈ ਇਹ ਤਾਂ ਸਾਡੇ ਕੋਲ ਜੇ ਤਿੰਨਾਂ ਕੁਆਲਟੀਆਂ ਚ ਅਵਲ ਆ ਦੋਮ ਆ ਸੋਮ ਆ ਇਹ ਕੀ ਕਲਾਸ ਚ ਇਹਨਾਂ ਨੂੰ ਆਇਆ ਵਾ ਯਾਨੀ ਕਿ ਕਿਹੜੀ ਹੁੰਦੀ ਹੁੰਦੀ ਪੋਜੀਸ਼ਨ ਅਵਲ ਦੋਮ ਸੋਮ ਉਹ ਨਹੀਂ ਜੀ ਇਹ ਨਾ ਸਮਝਣਾ ਇਹ ਜਿਹੜੀ ਅਵਲ ਜੇ ਸੇਕ ਨਾ ਘਟ ਵਾਦਾ ਹੋ ਜਾਂਦਾ ਜਿਹੜੀ ਫਿਰ ਐਂਡ ਤੇ ਰਹਿ ਜਾਂਦੀ ਨਾ ਥੱਲੇ ਉਹ ਖਿੰਗਰ ਹੁੰਦੀ ਆ ਉਹ ਖਿੰਗਰ ਇੱਟ ਜਿਹੜੀ ਫਿਰ ਉਹ ਆ ਜਾਂਦੀ ਉਹ ਵੀ ਕੰਮ ਰੋੜੀ ਰੂੜੀ ਦੇ ਕੰਮ ਆ ਜਾਂਦੀ ਹੁੰਦੀ ਆ ਖਿੰਗਰ ਮਾੜੀ ਹੁੰਦੀ ਆ ਉਹ ਤੇ ਮਾੜੀ ਇੱਟ ਮੈਂ ਬਣਾਉਣਾ ਵਾ ਸ਼ੈੱਡ ਹਾਂਜੀ ਉਹ ਨੀਆਂ ਦੇ ਵਿੱਚ ਪਾਉਣੀ ਆ ਤੇ ਕੀ ਮਾੜੀ ਇੱਟ ਚੱਲ ਜੂਗੀ ਉਹ ਪਾ ਮਾੜੀ ਇੱਟ ਤੇ ਲੜਾਈ ਚ ਨਹੀਂ ਚੱਲਦੀ ਹੈਗੀ ਤੇ ਨੀਆਂ ਜੀ ਮੈਂ ਚੱਲ ਜੂਗੀ ਬਣਿਆਦ ਜਿਹੜੀ ਪੱਕੀ ਹੋਣੀ ਚਾਹੀਦੀ ਆ ਇਹਦੇ ਵਿੱਚ ਅੱਛਾ ਬਣਿਆਦ ਚੰਗੀ ਹੋਵੇ ਹਾਂਜੀ ਮਾੜੀ ਇੱਟ ਤੇ ਉਦਾਂ ਨਹੀਂ ਚੱਲਦੀ ਇਹ ਤੁਸੀਂ ਇਹ ਕਿਹਦੇ ਨਾਲ ਬਣਾਉਨੇ ਆ ਉਹ ਕੀ ਹੁੰਦਾ ਵਾ ਕਾਦੇ ਚ ਬਣਾਉਨੇ ਤੁਸੀਂ ਉਹ ਜਿਹੜਾ ਨਾ ਸੱਚਾ ਹੁੰਦਾ ਹੈ ਨਾ ਅੱਛਾ ਸੱਚਾ ਹੁੰਦਾ ਕਿਹਦੇ ਨਾਲ ਬਣਾਉਨੇ ਜਿਹਨਾਂ ਇੱਟ ਪਥਾਪੀ ਦੀ ਆ ਹਾਂ ਤੇ ਉਹਦੇ ਵਿੱਚ ਲਿਖਾਈ ਹੋਈ ਹੁੰਦੀ ਆ ਆਪੀ ਉਹ ਇੱਥੇ ਕਰਾ ਵੀ ਉਹ ਹੁੰਦਾ ਵਾ ਵੀ ਪੈਂਟਰ ਹੁੰਦਾ ਲਿਖਣ ਵਾਲਾ ਜਾਂ ਵੀ ਕਦੇ ਵੀ ਤੁਸੀਂ ਕੰਪਿਊਟਰ ਗੱਡ ਗੇਮ ਵੀ ਲਿਖ ਦੋ ਇਹਨੂੰ ਸੱਚੇ ਦੇ ਵਿੱਚ ਹੁੰਦਾ ਅੱਛਾ ਅੱਛਾ ਯਾਨੀ ਕਿ ਸੱਚੇ ਦੇ ਵਿੱਚ ਹੁੰਦਾ ਉਹ ਬਣ ਜਾਂਦਾ ਫਿਰ ਉਹ ਸਾਪੀ ਥਾਪਾ ਜਿਉਂ ਲਾਈਦਾ ਨਾ ਤੇ ਹੋ ਜਾਂਦਾ ਵਾ ਵੀ ਫਿਰ ਨੰਬਰ ਲੱਗ ਜਾਂਦੇ ਉੱਤੇ ਅੱਬਲ ਇੱਟਾ ਦੋਮਾ ਸੋਮਾ ਸਹੀ ਹੈ ਸਹੀ ਹੈ ਸਹੀ ਲੱਗ ਜਾਂਦਾ ਹੁੰਦਾ ਉਹ ਇਹ ਪੋਜੀਸ਼ਨ ਦੇ ਹਿਸਾਬ ਨਾਲ ਵਾ ਯਾਨੀ ਕਿ ਕਿਦਾਂ ਸਕੂਲੇ ਪੜਦੀਆਂ ਇਹ ਵੀ ਪੋਜੀਸ਼ਨ ਇਹਨਾਂ ਦੀ ਆਈ ਆਵਲ ਦੋਮ ਸੋਮ ਨਹੀਂ ਨਾ ਭਾਈ ਅਸੀਂ ਉਹ ਨਾ ਪੱਠੇ ਵੇ ਨਾ ਇਹ ਸੇਕ ਦਾ ਮਸਲਾ ਹੁੰਦਾ ਵਾ ਜਿਹਨੂੰ ਫਿਰ ਜੇ ਸੇਕ ਜ਼ਿਆਦਾ ਲੱਗ ਜਾਂਦਾ ਨਾ ਕੋਈ ਦਰਮਿਆਨਾ ਜ਼ਿਆਦਾ ਸੋਮ ਜਿਹੜੀ ਆ ਉਹਨੂੰ ਹੋਰ ਹਿਸਾਬ ਮਿਲ ਲੱਗ ਜਾਂਦੀ ਹੈ ਉਹਦਾ ਖਿੰਗਰ ਵੀ ਕੰਮ ਆ ਜਾਂਦੀ ਹੁੰਦੀ ਆ ਰੋੜੀ ਰਾੜੀ ਦੇ ਵਿੱਚ ਕੁੱਟ ਕੇ ਥੱਲੇ ਬੁਨਿਆਦਾਂ 'ਚ ਪਾ ਲਈਦੀ ਆ ਸਹੀ ਹੋ ਗਿਆ ਬਾਕੀ ਮਾਰੀ ਇੱਟ ਤੇ ਤੁਹਾਨੂੰ ਦੱਸਿਆ ਵੀ ਅੱਗੇ ਲੜਾਈ ਚ ਨਹੀਂ ਕੀ ਚੱਲਦੀ ਤੇ ਦੇਖ ਨਹੀਂ ਰਿਹਾ ਤੇ ਜੇ ਨਹੀਂ ਚੱਲਦੀ ਨਾ ਉਹ ਹੁੰਦੀ ਹੈ ਇੱਟਾਂ ਵਾਲਾ ਸਹੀ ਹੈ ਸਹੀ ਅੱਛੀ ਹੁੰਦੀ ਆ ਉਹ ਜਿਹੜੀ ਕਰ ਸਕਦੇ ਚਲੋ ਬਹੁਤ ਫਿਰ ਤੁਹਾਡੇ ਨਾਲ ਕਰਦੇ ਗੱਲ ਵੀ ਚਾਹੀਦੀ ਆ 1.5 ਲੱਖ ਇੱਟ ਚਾਹੀਦੀ ਆ 1.5 ਲੱਖ ਸ਼ੈੱਡ ਬਣਾਉਣਾ ਸ਼ੈੱਡ ਬਣਾਉਣਾ ਮੈਂ ਇੱਥੇ ਆਉਂਦੇ ਆ ਅੱਗੇ ਵੀ ਆਪਣੇ ਕੋਲੋਂ ਸਮਾਨ ਇੱਥੇ ਇੱਟਾਂ ਉੱਟਾ ਖੜਦੇ ਸ਼ੈੱਡ ਸ਼ੁੱਡ ਵਾਲੇ ਫਾਰਮਾਂ ਵਾਲੇ ਵੀ ਮੇਰਾ ਕੰਮ ਠੀਕ ਆ ਇਹਨਾਂ ਦਾ ਨਾ ਮੀਆਂ ਸਾਹਿਬ ਹੁਣਾਂ ਦਾ ਇੱਥੋਂ ਖੜਦੇ ਆ ਫਿਰ ਤੇ ਤੁਹਾਡਾ ਦਿਲ ਕਰਦਾ ਕਿ ਤੁਹਾਡਾ ਆਪਣਾ ਕੰਮ ਹੋਵੇ ਤੁਸੀਂ ਉਹ ਕਰੋ
ਅੱਜ ਕਿਹਦਾ ਵਾ ਇੱਥੇ ਧੁੱਪੇ ਜਲੀਲ ਹੋਣਾ, ਮੈਨੂੰ ਦੱਸੋ ਕਿਹੜਾ ਬੰਦਾ ਵਾ ਕਹਿੰਦਾ ਜਿਹੜਾ ਧੁੱਪੇ ਸੁਭਾਅ ਤੜਕੇ ਆ ਜਾਈਦਾ 3 ਵਜੇ ਫਿਰ ਸਾਰੀ ਦਿਹਾੜੀ 10-11 ਵਜੇ ਤੱਕ ਲੱਗਣਾ, ਸ਼ਾਮਾਂ ਨੂੰ ਫਿਰ ਆਉਣਾ ਕਹਾਣੀ ਪੱਟਣੀ ਆਣ ਕੇ। ਸਹੀ ਹੈ ਸਹੀ ਹੈ। ਤੇ ਕਿੰਨੇ ਕੁ ਪੈਸੇ ਬਣ ਜਾਂਦੇ, ਕਿੰਨੇ ਕੁ ਕਮਾ ਲੈਂਦੇ ਤੁਸੀਂ? ਪੈਸੇ ਇੱਥੇ ਕੀ ਬਣਨੇ ਆ ਜੀ, ਬਸ ਰੋਜ਼ੀ ਦਾ ਸਾਰਾ ਹਿਸਾਬ ਆ, ਉਹਨੇ ਕਮਾ ਲਿਆ ਉਹਨਾਂ ਹੀ ਖਾ ਲਿਆ। ਉਧਾਰ ਅੱਗੇ ਬਹੁਤ ਚੜਿਆ ਵਾ ਦੇਣ ਵਾਲਾ ਵਾ, ਉਧਾਰ ਕਿਤੇ ਦਿਲ ਕਰਦਾ ਵੀ ਇਹੋ ਕਿਤੇ ਨਾ ਚੋ ਜਦੋਂ ਜਾਈਦਾ ਸ਼ਰਮਿੰਦਾ ਹੋਈਦਾ ਵਾ ਭੱਠੇ ਵਾਲਿਆਂ ਸਾਹਮਣੇ। ਪੈਸੇ ਦੇਣੇ ਆ ਹਲੇ? ਪੈਸੇ ਦੇਣ ਵਾਲੇ ਰਹਿੰਦੇ ਆ ਮੀਆਂ ਦੇ। ਕਿੰਨੇ ਰਹਿੰਦੇ ਪੈਸੇ ਦੇਣ ਵਾਲੇ? ਪੈਸੇ ਦੇਣ ਵਾਲੇ ਮੇਰੇ ਰਹਿੰਦੇ ਆ ਜੀ 7,40,000 ਤੇ 1,500 ਰੁਪਇਆ ਵਾ। ਪਿਛਲੇ ਜੁਮੇਰਾਤ ਕੀਤੇ ਸੀਗੇ, ਪਿਛਲੇ ਜੁਮੇਰਾਤ ਕਟਾਤੇ ਸੀ। ਖੁਸ਼ੀਆਂ ਭਰਾਵਾਂ ਕੌਣ ਕਰਦਾ ਮੀਆਂ ਤੋਂ, ਮੈਂ ਤਾਂ ਬਹੁਤ ਤੰਗ ਆਇਆ। ਮੈਂ ਤੇ ਇੱਕ ਕਹਿੰਦਾ ਵਾ ਕਿ ਕੰਮ ਛੱਡ ਦੀ ਹੈ ਅਸਲ ਜਿੰਨਾ ਸਾ ਆਪਣਾ ਸ਼ੁਰੂ ਤੋਂ ਕਰ ਰਹੇ ਸਾਰੇ ਹਨਾ ਜਿਹੜੇ। ਅੱਛਾ ਅੱਛਾ। ਕੀ ਕਦੋਂ ਤੂੰ ਕਦੋਂ ਦਾ ਭੱਠੇ ਤੇ ਲੱਗਾ ਵਾ? ਹਾਂਜੀ ਭੱਠੇ ਦਾ ਕਦੋਂ ਲੱਗਾ ਤੂੰ? ਯਾਨੀ ਕਿ ਫਿਰ ਭੱਠੇ ਦੇ ਜਦੋਂ ਅੱਖ ਖੋਲੀ ਸੀ ਨਾ ਤੇ ਮੈਂ ਭੱਠਾ ਨਜ਼ਰ ਆਇਆ ਸੀ। ਤੈਨੂੰ ਕੋਈ ਨਹੀਂ ਲੱਗੀ? ਕੋਈ ਦਾਈ, ਕੋਈ ਨਾਨੀ ਦਾਦੀ, ਕੋਈ ਨਜ਼ਰ ਨਹੀਂ ਆਈ ਤੈਨੂੰ? ਨਹੀਂ ਮਤਲਬ ਕਹਿਣ ਦਾ ਵਾ ਕਿ ਵੀ ਜਦੋਂ ਜਿਉਂ ਸੰਭਾਲੀ ਆ ਸ਼ੁਰੂ ਤੋਂ, ਸਾਡੇ ਅਸਲ ਨਾ ਖਾਣ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਆ। ਅੱਛਾ ਅੱਛਾ। ਕਿੰਨੇ ਭਾਈ ਆ ਤੁਸੀਂ? ਅਸੀਂ ਭਾਈ ਆ 2, ਇੱਕ ਇੱਧਰ ਸਿਆਲਕੋਟ ਹੁੰਦਾ ਵਾ। ਉਹ ਕਿੱਥੇ ਆ? ਉਹ ਵੀ ਭੱਠੇ ਦੇ ਆ। ਅੱਛਾ। ਇੱਕ ਇੱਧਰ ਹੁੰਦਾ ਵਾ ਕਸ਼ਮੀਰ ਵਾਲੀ ਸਾਈਡ ਤੇ ਹੁੰਦੇ ਆ। ਅੱਛਾ ਅੱਛਾ। ਚੰਗਾ ਉਹਨਾਂ ਦਾ ਵੀ ਠੀਕ ਆ ਆਪਣਾ। ਉਹ ਕਿੱਥੇ ਆ? ਉਹ ਵੀ ਭੱਠੇ ਦੇ ਹੁੰਦੇ ਆ। ਤੁਸੀਂ ਉਦੋਂ ਦੇ ਕੇ ਆਏ ਹੋ ਕਿਤੇ? ਉਦੋਂ ਤੁਸੀਂ ਡਰੈਟੀ ਭੱਠੇ ਹੀ ਮਾਲੇ ਹੀ ਆ ਕੇ ਭੱਠਿਆਂ ਨੂੰ ਜੱਫਾ ਪਾ ਰਿਹਾ ਸੀ? ਉਹਨੇ ਜੱਫਾ ਨਹੀਂ ਪਾ ਰਿਹਾ ਸਾਨੂੰ, ਹੁੰਦੇ ਸੀ ਲੱਭਦਾ ਕੋਈ ਵੀ ਮਹਿੰਗਾਈ ਦੇ ਹਾਲਾਤ ਇੱਦਾਂ ਦੇ। ਸਿਆਲਕੋਟ ਵਾਲ ਵੀ ਤੁਹਾਡੇ ਕੋਈ ਰਿਸ਼ਤੇਦਾਰ ਆ ਕੇ ਉੱਥੇ? ਮਾਸੀ ਰਹਿੰਦੇ ਉੱਧਰ ਸਾਡੇ। ਅੱਛਾ ਮਾਸੀ ਰਹਿੰਦੀ ਆ ਉੱਥੇ? ਉਹ ਮੁੰਡੇ ਸੀ ਹੁੰਦੇ, ਉਹਦੇ ਮੁੰਡੇ ਆ, 6 ਮੁੰਡੇ ਆ ਉਹਦੇ। ਅੱਛਾ। ਉਹ ਕਿੱਥੇ ਆ? ਉਹ 6, ਉਹ ਵੀ ਭੱਠੇ ਦੇ ਹੀ ਆ 6 ਹੀ। ਤੇ ਇੱਕ ਸਾਡੀ ਖਾਲਾ ਇੱਧਰ ਹੁੰਦੀ ਸ਼ਾਹਕੋਟ ਵਾਲ, ਤੇ ਉਹਦੇ 3 ਮੁੰਡੇ ਆ। ਅੱਛਾ। ਦੋ ਜਿਹੜੇ ਬਾਹਰ ਚੱਲ ਗਏ, ਉਹ ਟਾਈਮ ਲੱਗ ਗਿਆ ਬਾਹਰ। ਸਹੀ, ਉਹਨਾਂ ਨੂੰ ਚੰਗਾ ਸੂਤ ਲੱਗ ਗਿਆ। ਬਾਹਰ ਕੀ ਕਰਦੇ ਆ? ਕੰਮ ਉਹਨਾਂ ਦਾ, ਇੱਥੇ ਵੀ ਉਹਨਾਂ ਦਾ ਕੰਮ ਠੀਕ ਆ ਸ਼ੁਕਰ ਅੱਲਾ ਦਾ। ਅੱਛਾ। ਤੇ ਬਾਹਰ ਕੀ ਕਰਦੇ ਹੋ? ਬਾਹਰ ਉਹ ਹੁੰਦੇ ਆ ਭੱਠੇ ਦੇ ਹੁੰਦੇ ਆ ਬਾਹਰ ਵੀ। ਅਸਲ ਇੱਦਾਂ ਦੇ ਨੇ ਨਾ ਭੱਠੇ, ਉਹ ਤੇ ਬਹਿਜੋ ਥੱਲੇ ਲਾ ਲਓ ਚੌਂਕੜੀ ਥੱਲੇ, ਕਹਿੰਦਾ ਤਰੇਲ ਪਈ ਆ ਬਹਿਜੋ ਬਾਹਰ। ਉਹ ਯਾਰ ਕਹਿੰਦਾ ਨੀ, ਬਸ ਆਪਣੇ ਆਪ ਨੂੰ ਉੱਚਾ ਨੀ ਸਮਝਣਾ ਚਾਹੀਦਾ ਤੇਰੇ ਅਗਰ ਹੀ ਆ। ਅਸੀਂ ਵੀ ਉੱਚਾ ਨਹੀਂ ਸਮਝ, ਟਾਲੀ ਤੇ ਚੜ ਜਾਂਦਾ ਉਹ ਨਹੀਂ। ਇਹ ਮਨਸਰ ਨੂੰ ਮੈਂ ਕਹਿੰਦਾ ਵੀ ਇੱਕ ਬੰਦਾ ਵੀ ਮਾੜੇ ਬੰਦੇ ਨੂੰ ਕੋਈ ਸਮਝਣਾ ਹੀ ਨਹੀਂ, ਉਹਦੇ ਤੋਂ ਪਰੇ ਹੋਈ ਜਾਣਾ, ਤੂੰ ਵੀ ਆਪਣੇ ਅਗਰ ਹੀ ਆ ਤੇ। ਅੱਛਾ ਮਾਲਕ ਨੂੰ ਤੂੰ ਕੋਈ ਦੇ ਦੇ? ਮਾਲਕ ਨੂੰ ਅੱਛਾ ਸ਼ਾਮੀ ਪਈ। ਅੱਛਾ। ਉਹਦੇ ਕੋਲ? ਉਹਦੇ ਕੋਲ ਮੈਂ ਕਿਹਾ ਜੀ 3,000 ਰੁਪਇਆ ਦੇ ਦਿਓ, ਲਿਆਉਣੇ ਵਾ ਲੈਣ ਜਾਣਾ ਜੀਆਂ ਨੂੰ। ਫੈਸਲਾਬਾਦ ਗਏ ਆ ਨਾ? ਆਹੋ ਸਹੀ। ਹੋ ਕੇ ਗਏ, ਰਾਤ ਨੂੰ ਰੋਟੀ ਪਕਾਈ ਦੀ ਆ ਜਾ ਕੇ ਇੱਥੇ, ਹਨੇਰੇ ਸਵੇਰੇ ਜਾਈਦਾ। ਸਹੀ ਹੈ ਸਹੀ ਹੈ। ਜਾ ਕੇ ਅੱਧਾ ਘੰਟਾ ਲੱਗਾ ਰਿਹਾ ਉਹਨਾਂ ਨੂੰ, ਤੇ ਉਹਨਾਂ ਨੇ 3,000 ਰੁਪਇਆ ਮੰਗਿਆ, 3,500 ਦੀ ਮੇਰੀ ਬਿਸ਼ਤੀ ਕਰ ਦਿੱਤੀ ਉਹਨਾਂ ਨੇ। ਉਹ ਚਲੋ 500 ਬਚਿਆ ਯਾਰ, ਬਿਸ਼ਤੀ ਨਹੀਂ ਬਚਿਆ ਵਾ। 500 ਕਾਹਦਾ ਬਚਿਆ ਯਾਰ, ਵੀ ਜਲੀਲ ਨਾ ਗਾਂ ਜੋ ਪਛਾ। ਮੈਂ ਕਿਹਾ ਚੱਲ ਪੈਸੇ ਘੱਲ ਦੂੰਗਾ ਵੀ ਆਜੂਗੇ ਆਪੀ ਹੈ, ਛੁੱਟੀ ਹੋ ਸਕਦੀ। ਕੋਈ ਦਿਲ ਦੇ ਵਿੱਚ ਬੁਰਾ ਤਾਂ ਨਹੀਂ ਕਹਿਣਾ ਹੈਗਾ ਮਾਲਕ ਨੂੰ? ਉਹ ਨਹੀਂ, ਕੀ ਦਿਲ ਚ ਕੌਣ ਰੋਕ ਸਕਦਾ ਦਿਲ ਦੀਆਂ, ਕੌਣ ਰੋਕੂ ਇਹ ਦੱਸੋ। ਉਹ ਚਲੋ ਫਿਰ ਸਹੀ ਆ। ਤੇ ਹੁਣ ਮੈਂ ਕਰਨਾ ਮੈਂ ਫਿਰ ਮੀਆਂ ਸਾਹਿਬ ਨਾਲ ਗੱਲ ਕਰਾਂ। ਕਿਹੜੇ ਛਡਾਉਣੇ ਆ ਤੂੰ? ਪੈਸੇ ਛਡਾ ਦੂੰਗਾ ਤੁਹਾਨੂੰ ਵਿੱਚ। ਅੱਛਾ ਸਹੀ ਸਹੀ। ਛਡਾਉਣੇ ਉਹ ਤੇ ਮੈਂ ਨਿਦਰੇ ਦੇ ਦਿਓ ਤੁਹਾਨੂੰ, ਮੈਂ ਨਾ 10% ਦਊਂਗਾ। ਮੈਂ ਪੜਿਆ ਪੁੜਿਆ ਨੀ, ਫੀਸਾਂ ਫੂਸਾਂ ਦਾ ਨੀ ਮੈਨੂੰ ਪਤਾ, ਤੇ ਉਹਨਾਂ ਸਮਝਾ ਦੂੰ। ਯਾਨੀ ਕਿ 100 ਚੋ ਨਾ, ਯਾਨੀ ਕਿ 100 ਚੋ ਤੈਨੂੰ 10 ਦਿਨ, ਯਾਨੀ ਕਿ ਹਿੱਟ ਮੈਂ ਲਾਉਂਗਾ ਨਾ, ਜੇ ਤੇਰੇ ਕੋਲ 1,00,000 ਹਿੱਟ ਲਾਉਂਗਾ। ਹਾਂਜੀ। ਉਹ ਚੋ ਕਿਹੜਾ 10,000 ਰੁਪਏ, 10,000 ਹਿੱਟ ਦੇ ਪੈਸੇ ਬਣ ਗਏ ਨਾ। ਹਾਂਜੀ। ਉਹ ਚੋ ਪ੍ਰੋਫਿਟ ਤੈਨੂੰ ਦੇ ਦੂੰਗਾ, ਯਾਨੀ ਕਿ 10% ਤੈਨੂੰ ਦਊਂਗਾ। 10% ਬਾਅਦ ਚੋ ਫਿਰ ਤੂੰ ਕਦੋਂ ਸ਼ੈਡ ਬਣਾਉਣਾ, ਤੂੰ ਮੇਰੇ ਨਾਲ ਲੱਗ ਜਾਣਾ ਵਾ। ਮਾਲਕ ਨੂੰ ਛੱਡ ਦੇ, ਕੀ ਇਥੋਂ ਤੂੰ ਕੀ ਰੋਲਿਆ, ਇਥੋਂ ਕੀ ਤੂੰ ਕੁਛ ਨੀ ਖੱਟਿਆ ਨਾ, ਕਦੋਂ ਦਾ ਆਇਆ ਤੂੰ? ਕੋਈ ਨੀ ਕਿਰਾਏ ਤੇ ਮਕਾਨ ਪਹਾੜ ਨੀ ਗੇ ਨਾ, ਤੁਸੀਂ ਕਹੋ ਵੀ ਕੋਟ ਅੱਧੂ ਆਏ ਪਹਾੜ, ਇੱਥੇ ਕਿੱਥੇ ਆ ਗਏ? ਕਸ਼ਮੀਰ ਫਿਰ ਰਹੇ ਗੇ ਦਾਦਾ? ਪਹਾੜ ਮਿੱਟੀ ਆ, ਪਟਾਈ ਦੀ ਆ, ਕਹਾਣੀ ਸਾਮਾਂ ਨੂੰ ਆ ਕੇ ਪੱਟ ਕੇ ਜਾਈ, ਫਿਰ ਤੰਗ ਨੀ ਹੁੰਦਾ ਮਿੱਟੀ ਤਾਂ ਕਰਕੇ ਲਾਈ ਹੁੰਦੀ ਆ। ਸਹੀ ਹੈ ਸਹੀ ਹੈ। ਤੇ ਜੀ ਜੁਮੇ ਰਾਤ ਤੇ ਨਾ ਮੈਂ 1,500 ਰੁਪਇਆ ਉਹਨਾਂ ਨੇ ਦੇ ਦਿੱਤਾ ਸੀ। 1,500 ਦੇ ਦਿੱਤਾ ਸੀ? ਆਹੋ ਤੇ ਸਹੀ ਆ ਕੇ ਰੋਜ਼ ਰੋਜ਼ ਨਾਲ ਲੱਥ ਦੇ ਹੀ ਚੰਗੇ ਹੁੰਦੇ ਆ ਪੈਸੇ, ਜਿਹੜੇ ਲੱਥ ਹਨ ਉਹ ਹੀ ਹੁੰਦੇ ਆ, ਤੇ ਬਾਕੀ ਵੀ ਹੁਣ ਲਾ ਦੇਣੇ ਆ ਕਿ ਹੈ ਬਾਕੀ ਲਾ ਦੇਣੇ। ਇੱਟ ਤੁਹਾਨੂੰ ਹੁਣ ਫਿਰ 1.5 ਉਤਰੀ ਹੋ ਗਈ, 1.5 ਲੱਖ, 1.5 ਲੱਖ ਥੱਲੇ, 3 ਲੱਖ ਉਹ ਵਾਲਾ ਨਾ ਕਿਹੜੀ? ਹਾਂਜੀ ਉਹ ਥੱਲੇ ਲਾਉਣੀ ਵਾਲੀ ਹੈ।
मेरा तो तू ना सही गल पुछा रू राजी कर दिल खुश हो गया सही है दिल खुश हो गया पैसे आने जान छड़ देनी मैं चोरी ना मुर्गी यार चार शेड पाना वा तेरी मत मारी यार दसो मेनू भी चार चार सौ कहो या चार हजार शेड तुम तो ऐसा खुडा तैयार कर लेने कुकड़िया का आहो या चार एक होवे ते ओ एक मुर्गी ते ए चार आ चार मुर्गियां ही हो गईयां ते मुर्गियां चार मुर्गियां दा शेड बनाउणा।